ਸ਼ਸ਼ੀ ਗੱਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਸਭ ਤੋਂ ਪਹਿਲਾਂ ਸੌਰੀ ਮੈਂ ਬਹੁਤ ਘੱਟ ਵੀਡੀਓ ਬਣਾਉਣਾ ਵਾ ਤੇ ਚਲੋ ਜਦੋਂ ਵੀ ਬਣਾਉਣਾ ਵਾ ਮੈਂ ਕੋਈ ਨਵੀਂ ਖਬਰ ਤੁਹਾਡੇ ਲਈ ਲੈ ਕੇ ਆਉਣਾ ਵਾ ਜੋ ਵੀ ਮੈਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਏ ਜਿਨ੍ਹਾਂ ਨੇ ਜੋ ਵੀ ਮੈਨੂੰ ਮੇਰੀ ਵੀਡੀਓ ਦੇਖਦੇ ਨੇ ਤੇ ਸਭ ਤੋਂ ਪਹਿਲਾਂ ਸੌਰੀ ਤੇ ਸ਼ਸ਼ੀ ਗੱਲ ਸਾਰਿਆਂ ਨੂੰ ਨਮਸਤੇ ਆਦਾਬ ਜਿੰਨੇ ਵੀ ਮੇਰੇ ਸਬਸਕ੍ਰਾਈਬਰ ਮੈਨੂੰ ਦੇਖਦੇ ਨੇ ਤੇ ਅੱਜ ਦਾ ਟੌਪਿਕ ਹੈਗਾ ਵਾ ਇੰਸ਼ੋਰੈਂਸ ਨੰਬਰ ਜਿਹੜਾ ਕਿ ਯੂਕੇ ਦੇ ਵਿੱਚ ਆਪਾਂ ਜਦ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਕਿਤੇ ਤੋਂ ਵੀ ਆਉਣੇ ਆ ਇੱਕ ਟੈਕਸ ਨੰਬਰ ਬੰਦਾ ਜਿਹਨੂੰ ਐਨ ਆਈ ਨੰਬਰ ਜਾਂ ਇੰਸ਼ੋਰੈਂਸ ਨੰਬਰ ਕਹਿੰਦੇ ਨੇ ਤੇ ਕੁਝ ਲੋਕ ਇਹ ਸੋਚਦੇ ਨੇ ਕਿ ਉਹ ਬਿਨਾ ਸ਼ੇਅਰ ਕੋਡ ਤੋਂ ਆਪਾ ਅਪਲਾਈ ਨਹੀਂ ਕਰ ਸਕਦਾ ਬਟ ਇਦਾਂ ਦਾ ਕੋਈ ਗੱਲ ਨਹੀਂ ਹੈਗੀ ਤੁਸੀਂ ਉਹ ਬਿਨਾ ਸ਼ੇਅਰ ਕੋਡ ਤੋਂ ਵੀ ਅਪਲਾਈ ਕਰ ਸਕਦੇ ਹੋ ਜਦ ਤੁਸੀਂ ਆਨਲਾਈਨ ਉਹਨੂੰ ਅਪਲਾਈ ਕਰਦੇ ਹੋ ਇੰਸ਼ੋਰੈਂਸ ਨੰਬਰ ਨੂੰ ਉੱਥੇ ਪੰਜਵੀਂ ਆਪਸ਼ਨ ਆਉਂਦੀ ਹੈ ਸ਼ੇਅਰ ਕੋਡ ਤੁਸੀਂ ਉੱਥੇ ਰੁਕ ਜਾਂਦੇ ਹੋ ਤੇ ਮੈਨੂੰ ਬਹੁਤ ਜ਼ਿਆਦਾ ਫੋਨ ਜਾਂ ਮੈਸੇਜ ਆ ਰਹੇ ਸੀਗੇ ਕਿ ਭਾਜੀ ਸਾਨੂੰ ਦੱਸੋ ਕਿ ਇਸ ਅਪਲਾਈ ਕਰ ਸਕਦੇ ਨਹੀਂ ਕਰ ਸਕਦੇ ਮੈਨੂੰ ਵੀ ਨਹੀਂ ਪਤਾ ਸੀ ਪਹਿਲਾਂ ਫਿਰ ਮੈਂ ਇਹਦੇ ਪਤਾ ਕੀਤਾ ਕਈਆਂ ਤੋਂ ਤੇ ਕਈਆਂ ਨੇ ਮੈਨੂੰ ਦੱਸਿਆ ਕਿ ਕਰ ਸਕਦੇ ਆ ਤੇ ਕਈਆਂ ਨੇ ਮੈਨੂੰ ਰਿਜ਼ਲਟ ਦਿਖਾਇਆ ਮੈਨੂੰ ਮੈਂ ਵੀ ਨਹੀਂ ਮੰਨਦਾ ਸੀ ਕਿ ਸ਼ਾਇਦ ਆਪਾਂ ਨਹੀਂ ਕਰ ਸਕਦੇ ਜਦੋਂ ਕਿ ਮੇਰੀ ਮਮ ਹੁਣ ਇੰਡੀਆ ਤੋਂ ਆਏ ਨੇ ਤੇ ਉਹਨਾਂ ਦਾ ਇੰਸ਼ੋਰੈਂਸ ਨੰਬਰ ਅਪਲਾਈ ਮੈਂ ਅਪਲਾਈ ਕੀਤਾ ਆਨਲਾਈਨ ਪਰ ਮੈਨੂੰ ਬਾਈ ਪੋਸਟ ਆਈ ਉਹਨੂੰ ਐਪਲੀਕੇਸ਼ਨ ਸੈਂਡ ਨਹੀਂ ਕੀਤੀ ਮਮ ਦੀ ਤੇ ਮੇਰੇ ਇੱਕ ਦੋਸਤ ਨੇ ਮੈਨੂੰ ਦੱਸਿਆ ਕਿ ਇੰਸ਼ੋਰੈਂਸ ਨੰਬਰ ਬਿਨਾਂ ਸ਼ੇਅਰ ਕੋਡ ਤੋਂ ਵੀ ਅਪਲਾਈ ਹੋ ਜਾਂਦਾ ਵਾ ਤਾਂ ਕਿ ਫਿਰ ਮੈਂ ਸੋਚਿਆ ਕਿ ਮੈਂ ਸੋਨੂੰ ਵੀ ਦੱਸ ਦਵਾਂ ਜੋ ਜਿਹੜੇ ਵੀ ਮੇਰੇ ਸਬਸਕ੍ਰਾਈਬਰ ਮੈਨੂੰ ਦੇਖਦੇ ਨੇ ਜੇ ਤੁਸੀਂ ਆਨਲਾਈਨ ਅਪਲਾਈ ਕਰਨਾ ਐਨ ਨਹੀਂ ਇਹ ਉਹ ਲੋੜ ਪੈਂਦੀ ਹੈ ਜੇ ਤੁਸੀਂ ਉਹਰੇ ਲੀਗਲੀ ਤੌਰ ਤੇ ਕੰਮ ਕਰਨਾ ਚਾਹੋਗੇ ਦੇ ਵਿੱਚ ਪੰਜਵੇਂ ਆਪਸ਼ਨ ਹੁੰਦੀ ਹੈ ਸ਼ੇਅਰ ਕੋਡ ਦੀ ਉਹਦੀ ਕੋਈ ਚੱਕਰ ਨਹੀਂ ਹੈਗਾ ਉਹਨੂੰ ਖਾਲੀ ਹੀ ਛੱਡ ਦਿਓ ਉਦਾਂ ਤੁਸੀਂ ਤੁਸੀਂ ਬਸ ਉਹ ਐਪਲੀਕੇਸ਼ਨ ਦੇ ਨਾਲ ਪਾਸਪੋਰਟ ਦੀ ਪਹਿਲੇ ਤੇ ਲਾਸਟ ਪੇਜ ਦੀ ਫੋਟੋਕਾਪੀ ਕਲਰ ਕਢਾ ਕੇ ਸੈਂਡ ਕਰ ਦਿਓ ਨਾਲ ਤੇ ਨਾਲ ਤੁਸੀਂ ਉਹ ਵੀ ਦੇ ਦੀ ਫੋਟੋਕਾਪੀ ਸੋਰੀ ਨਾਲ ਤੁਸੀਂ ਆਪਣੀ ਵੀ ਦੇ ਦੀ ਫੋਟੋਕਾਪੀ ਨਾਲ ਪਾ ਕੇ ਉਹਨੂੰ ਬਾਈ ਫੰਡ ਕਰ ਦੇਣਾ ਵਾ ਬਾਇਪਾਸ ਤਾਂ ਹੈ ਜੇ ਕਿਸੇ ਨੂੰ ਵੀ ਮੇਰੇ ਵੀਰ ਭੈਣ ਨੂੰ ਕਿਸੇ ਨੂੰ ਵੀ ਐਨਆਈ ਇੰਸ਼ੋਰੈਂਸ ਨੰਬਰ ਅਪਲਾਈ ਕਰਨਾ ਨਹੀਂ ਹੁੰਦਾ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਜਿਹਦੇ ਕਿ ਬਿਲਕੁਲ ਫ੍ਰੀ ਹੈ ਕੋਈ ਫੀਸ ਨਹੀਂ ਹੈਗੀ ਜੇ ਤੁਸੀਂ ਖੁਦ ਕਰਨਾ ਅਪਲਾਈ ਤੁਸੀਂ ਮੇਰੇ ਤੋਂ ਪੁੱਛ ਕੇ ਕਰ ਸਕਦੇ ਹੋ ਵੀ ਕਿਵੇਂ ਅਪਲਾਈ ਹੋਣਾ ਵਾ ਮੈਂ ਤੁਹਾਨੂੰ ਗਾਈਡ ਕਰ ਦਵਾਂਗਾ ਮੇਰੀ ਵੀਡੀਓ ਨੀਚੇ ਮੇਰਾ ਫੋਨ ਨੰਬਰ WhatsApp ਨੰਬਰ ਜਾਂ ਮੇਰੀ ਇੰਸਟਾਗ੍ਰam ਦੀ ਆਈਡੀ ਦਿੱਤੀ ਹੁੰਦੀ ਹੈ ਤੁਸੀਂ ਉਹਤੇ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਮੈਨੂੰ ਪੁੱਛ ਸਕਦੇ ਹੋ ਜੇ ਤੁਹਾਨੂੰ ਕੁਝ ਚੀਜ਼ ਦੀ ਨਹੀਂ ਸਮਝ ਲੱਗਦੀ ਠੀਕ ਹੈ ਮੇਰੀ ਕਿਸੇ ਵੀ ਚੀਜ਼ ਦੀ ਕੋਈ ਫੀਸ ਨਹੀਂ ਹੈਗੀ ਮ ਜੇ ਕਿਸੇ ਨੇ ਸ਼ੋਰਟ ਨੰਬਰ ਅਪਲਾਈ ਕਰਵਾਉਣਾ ਵੀ ਹੋਇਆ ਤਾਂ 2 ਮਿੰਟ ਦੀ 2 ਮਿੰਟ ਚ ਅਪਲਾਈ ਹੋ ਜਾਂਦਾ ਵਾ ਤੁਸੀਂ ਮੈਨੂੰ ਬਾਈ ਫੋਨ ਤੇ ਵੀ ਫੋਨ ਕਰਕੇ ਮੈਂ ਅਪਲਾਈ ਕਰ ਦਾਂਗਾ ਤੁਹਾਡਾ ਇਹ ਵੀਡੀਓ ਆ ਛੋਟੀ ਜੀ ਵੀਡੀਓ ਮੈਂ ਇਸ ਲਈ ਕਰਕੇ ਬਣਾਉਣਾ ਚਾਹੁੰਦਾ ਸੀ ਕਿਉਂਕਿ ਕਈ ਲੋਕਾਂ ਨੂੰ ਹਾਲੇ ਤੱਕ ਇਹ ਹੀ ਨਹੀਂ ਪਤਾ ਕਿ ਆਪਾਂ ਇਹ ਸ਼ੋਰਟ ਨੰਬਰ ਅਪਲਾਈ ਕਰ ਸਕਦੇ ਆ ਬਿਨਾ ਸਟੇਟਸ ਤੋਂ ਥੈਂਕ ਯੂ ਜੀ ਬਸ ਮੇਰੀ ਇਹ ਸੀ ਕਿ ਜੇ ਕਿਸੇ ਨੂੰ ਵੀ ਕੋਈ ਚੀਜ਼ ਦੀ ਹੈਲਪ ਦੀ ਲੋੜ ਹੈ ਤੁਸੀਂ ਕਮੈਂਟ ਕਰ ਸਕਦੇ ਹੋ ਤਾਂ ਮੇਰੇ ਮੇਰੇ ਵਟਸਐਪ ਤੇ ਤੁਸੀਂ ਮੈਨੂੰ ਟੈਕਸਟ ਕਰ ਸਕਦੇ ਹੋ ਥੈਂਕ ਯੂ